ਸਰ, ਅੱਜ ਉਦਘਾਟਨ ਕੀਤਾ ਗਿਆ ਜੀ ਆਮ ਆਦਮੀ ਕਲੀਨਿਕ ਦਾ, ਕੀ ਕਹਿਣਾ ਹਾਂਜੀ ਚਾਹੋਗੇ ਜੀ? ਹਾਂਜੀ, ਬੜੀ ਖੁਸ਼ੀ ਦੀ ਗੱਲ ਆ। ਸਾਡੀ ਜਿਹੜੀ ਪੰਜਾਬ ਸਰਕਾਰ ਹੈਗੀ ਆ ਅਤੇ ਉਹਦੇ ਦਿਸ਼ਾ ਨਿਰਦੇਸ਼ ਦੇ ਸਾਡੇ ਅੱਜ ਮਾਣਯੋਗ ਸਿਵਲ ਸਰਜਨ ਸਾਹਿਬ ਡਾਕਟਰ ਜਸਵੀਰ ਸਿੰਘ ਔਲਖ ਜੀ ਸਾਡੇ ਕੋਲ ਆਏ ਨੇ। ਇਹਨਾਂ ਨੇ ਆਪਣੇ ਸ਼ੁਭ ਕਰਮਾਂ ਦੇ ਨਾਲ ਅੱਜ ਜਿਹੜਾ ਹੈਗਾ ਸ਼੍ਰੀ ਬਾਲਕ ਮਹੱਲਾ ਦਾ ਜਿਹੜਾ ਆਮ ਆਦਮੀ ਕਲੀਨਿਕ ਉਹਦਾ ਉਦਘਾਟਨ ਕੀਤਾ ਗਿਆ ਹੈ। ਸਰ, ਸਾਰੀਆਂ ਸੇਵਾਵਾਂ ਪ੍ਰੋਵਾਈਡ ਹੋਣਗੀਆਂ ਜੋ ਹਾਂਜੀ ਅੱਗੇ? ਹਾਂਜੀ ਬਿਲਕੁਲ, ਸਾਰੀਆਂ ਸੇਵਾਵਾਂ ਜਿਵੇਂ ਸਾਡੇ ਮਾਣਯੋਗ ਸਿਵਲ ਸਰਜਨ ਨੇ ਦੱਸਿਆ ਹੈਗਾ, ਸਾਰੀਆਂ ਸੇਵਾਵਾਂ ਔਰ ਫ੍ਰੀ ਆਫ ਕੋਸਟ ਜਿਹੜੀਆਂ ਇੱਥੋਂ ਪ੍ਰੋਵਾਈਡ ਕਰਵਾਈਆਂ ਜਾਣਗੀਆਂ। ਦਵਾਈਆਂ ਵਗੈਰਾ ਸਭ ਦਵਾਈਆਂ ਕੁਛ ਵੀ, ਹੈ? ਹਾਂ ਦਵਾਈਆਂ ਅਸੀਂ ਆਲਰੇਡੀ ਸਾਡੇ ਜਿਹੜੀ ਹੈਗੀ ਆ ਇਹਨਾਂ ਨੂੰ ਪ੍ਰੋਵਾਈਡ ਕਰਵਾ ਦਿੱਤੀਆਂ ਗਈਆਂ ਆਮ ਆਦਮੀ ਕਲੀਨਿਕ ਦੇ ਵਿੱਚ, ਅਤੇ ਉਹ ਸਾਰੀਆਂ ਇੱਥੋਂ ਹੀ ਅਵੇਲੇਬਲ ਨੇ ਅਤੇ ਇੱਥੋਂ ਹੀ ਦਿੱਤੀਆਂ ਜਾ ਰਹੀਆਂ। ਇਸ ਕਲੀਨਿਕ ਵਿੱਚ ਕਿਹੜਾ ਅਤੇ ਕਿੰਨਾ ਸਟਾਫ ਹੋਊਗਾ ਜੀ? ਇਹਦੇ ਵਿੱਚ ਸਾਡੇ ਇੱਕ ਐਮਪੈਨਲਮੈਂਟ ਜਿਵੇਂ ਸਾਡੇ ਸਾਹਿਬ ਨੇ ਦੱਸਿਆ ਹੈਗਾ, ਇੱਕ ਡਾਕਟਰ ਹੈ, ਇੱਕ ਸਾਡੇ ਕੋਲ ਫਾਰਮੇਸੀ ਅਫੀਸਰ ਹੈਗਾ, ਇੱਕ ਕਲੀਨਿਕਲ ਅਸਿਸਟੈਂਟ ਹੈ। ਹਾਂਜੀ ਸਰ, ਅੱਜ ਆਮ ਆਦਮੀ ਦਾ ਜਿਹੜਾ ਕਲੀਨਿਕ ਹੈਗਾ ਆ ਉਹਦਾ ਉਦਘਾਟਨ ਕੀਤਾ ਜਾ ਰਿਹਾ, ਤੁਹਾਡੇ ਵੱਲੋਂ ਕੀ ਕਹਿਣਾ ਚਾਹੋਗੇ ਇਸ ਬਾਰੇ? ਅਸੀਂ ਜਿਹੜਾ ਹੈ ਅੱਜ ਲੁਧਿਆਣੇ ਦੇ ਵਿੱਚ 19 ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਹੋ ਰਿਹਾ ਹੈ। ਹਾਂਜੀ, ਅਤੇ 75 ਸਾਡੇ ਕੋਲ ਆਮ ਆਦਮੀ ਕਲੀਨਿਕ ਪਹਿਲਾਂ ਸੀ, ਹੁਣ ਕੁੱਲ ਮਿਲਾ ਕੇ 94 ਜਿਹੜੇ ਆਮ ਆਦਮੀ ਕਲੀਨਿਕ ਆ ਲੁਧਿਆਣੇ ਦੇ ਵਿੱਚ ਫੰਕਸ਼ਨਲ ਹੋ ਗਏ। ਅਤੇ ਸਰ, ਇਹ ਕਲੀਨਿਕ ਹੈਗੇ ਜਿਹੜੇ ਸਾਡੇ ਮਾਛੋਵਾੜਾ ਬਲਾਕ ਨੂੰ ਕਿੰਨੇ ਗਿਣਤੀ ਦੇ ਵਿੱਚ ਹੈ, ਇੱਕ ਜਾਂ ਦੋ? ਇਹ ਮਤਲਬ ਕਿ ਮਾਛੀਵਾੜਾ ਸ਼ਹਿਰ ਦੇ ਵਿੱਚ ਇੱਕ ਹੈ। ਹਾਂਜੀ, ਅਤੇ ਬਾਕੀ ਟੋਟਲ ਕਿੰਨੇ ਤੁਹਾਡੇ ਕੋਲ? ਨੂਰਪੁਰ ਇੱਕ, ਨੂਰਪੁਰ ਹੈ, ਹੋਰ ਦੋ ਮਿਲੇ ਆ ਜੀ ਸਰ? ਦੋ ਮਿਲੇ। ਠੀਕ ਹੈ। ਅਤੇ ਇੱਥੇ ਜਿਹੜਾ ਸਟਾਫ ਹੈਗਾ ਆ ਉਹ ਆਪਣੇ ਸਿਵਲ ਹੋਸਪਿਟਲ ਮਾਛੀਵਾੜਾ ਸਾਹਿਬ ਦੇ ਨਾਲ ਅਟੈਚ ਰਹੂਗਾ? ਨਹੀਂ, ਇਹ ਬਕਾਇਦਾ ਜਿਹੜੇ ਆਮ ਆਦਮੀ ਕਲੀਨਿਕ ਹੈ ਇਹਨਾਂ ਦੀ ਇੰਪੈਨਲਮੈਂਟ ਮੋਡ ਤੇ ਸਟਾਫ ਰੱਖਿਆ ਜਾਂਦਾ, ਜਿਹਦੇ 'ਚ ਇੱਕ ਡਾਕਟਰ ਸਾਹਿਬ ਹੁੰਦੇ ਨੇ, ਇੱਕ ਫਾਰਮਾਸਿਸਟ ਅਤੇ ਇੱਕ ਆਪਣਾ ਕਲੀਨਿਕਲ ਅਸਿਸਟੈਂਟ, ਅਤੇ ਇਹ ਤਿੰਨੇ ਸਟਾਫ ਇੰਪੈਨਲਮੈਂਟ ਮੋਡ ਤੇ ਹੁੰਦੇ ਨੇ। ਇਹ ਤਿੰਨਾਂ ਨੂੰ ਮਤਲਬ ਕਿ ਵੀ ਜਿਹੜਾ ਹੈ ਉਹ ਸੈਪਰੇਟਲੀ ਉਹਨਾਂ ਦੀ ਇੰਟਰਵਿਊ ਲੈ ਕੇ ਉਹਨਾਂ ਨੂੰ ਪੈਨਲ ਕੀਤਾ ਗਿਆ। ਟਾਈਮ ਪੀਰੀਅਡ ਕੀ ਰਹੂਗਾ ਜੀ ਇਹਨਾਂ ਦਾ? ਟਾਈਮ ਪੀਰੀਅਡ ਉਹੀ ਜੋ ਆਮ ਸਰਕਾਰੀ ਹਸਪਤਾਲਾਂ ਦਾ, 9 ਤੋਂ 3 ਸਰਦੀਆਂ 'ਚ ਅਤੇ 8 ਤੋਂ 2 ਗਰਮੀਆਂ ਦੇ ਵਿੱਚ। ਮੁਹੱਲਾ ਕਲੀਨਿਕ ਦੇ ਵਿੱਚ ਪਬਲਿਕ ਨੂੰ ਆਮ ਤੌਰ 'ਤੇ ਕਿਹੜੀਆਂ ਕਿਹੜੀਆਂ ਸਿਹਤ ਸੇਵਾਵਾਂ ਨੇ ਜਿਹੜੀਆਂ ਇੱਥੇ ਮਿਲਣਗੀਆਂ? ਉਹ ਜਿਹੜੀਆਂ ਆਮ ਜਿਵੇਂ ਆਪਣੀਆਂ ਪਹਿਲਾਂ ਡਿਸਪੈਂਸਰੀਆਂ ਹੁੰਦੀਆਂ ਸੀਗੀਆਂ, ਜਿਹੜੀਆਂ ਬੇਸਿਕ ਨੇ, ਜਿਹੜੀਆਂ ਪ੍ਰੀਲਿਮਿਨਰੀ ਨੇ, ਮਤਲਬ ਕਿ ਮੈਂ ਆਪਣਾ ਤਜਰਬੇ ਦੇ ਕਹਿ ਸਕਦਾ ਵੀ ਜਿਹੜੀਆਂ ਅਸੀਂ ਬੇਸਿਕ ਸਰਵਿਸ ਨੇ ਜੇ ਅਸੀਂ ਉਹ ਲੋਕਾਂ ਨੂੰ ਪ੍ਰੋਵਾਈਡ ਕਰ ਦਿੰਦੇ ਹਾਂ ਤਾਂ 70% ਜਨਤਾ ਨੂੰ ਮੇਰਾ ਖਿਆਲ ਹੈ ਵੀ ਸ਼ਹਿਰ ਜਾਣ ਦੀ ਲੋੜ ਨਹੀਂ ਰਹਿੰਦੀ। ਜਿਵੇਂ ਸਰਕਾਰ ਵੱਲੋਂ ਪਹਿਲਾਂ ਵੀ ਐਲਾਨ ਕੀਤਾ ਜਾ ਚੁੱਕਾ ਕਿ ਜਿਹੜੀਆਂ ਦਵਾਈਆਂ ਨੇ ਉਹ ਹੁਣ ਕਲੀਨਿਕ ਤੇ ਹੀ ਮਿਲਿਆ ਕਰਨਗੀਆਂ, ਬਾਹਰੋਂ ਨਹੀਂ ਮਿਲਣਗੀਆਂ। ਹਾਂ, ਉਹ ਇਹ ਜਿਹੜੇ ਮੁਹੱਲਾ ਕਲੀਨਿਕ ਨੇ ਇੱਥੇ ਵੀ ਸਾਰੀਆਂ ਦਵਾਈਆਂ ਉਪਲਬਧ ਹੋਣਗੀਆਂ? ਇੱਥੇ ਵੀ 95 ਕਿਸਮ ਦੀਆਂ ਦਵਾਈਆਂ ਨੇ ਤੇ 38 ਪ੍ਰਕਾਰ ਦੇ ਜਿਹੜੇ ਲੈਬ ਟੈਸਟ ਨੇ ਉਹਨਾਂ ਦੀ ਪ੍ਰੋਵੀਜ਼ਨ ਹੈ ਤੇ ਸਾਰੇ ਫ੍ਰੀ ਆਫ ਕੋਸਟ ਨੇ। ਲੈਬ ਟੈਸਟ ਇੱਥੇ ਪੂਰੇ ਹੋਣਗੇ ਜੀ? ਹਾਂ, ਉਹ ਹਲੇ ਮਤਲਬ ਕਿ ਹਾਲ ਦੀ ਘੜੀ ਅਸੀਂ ਇਹਨਾਂ ਨੂੰ ਕਮਿਊਨਿਟੀ ਹੈਲਥ ਸੈਂਟਰ ਮਾਛੀਵਾੜਾ ਨਾਲ ਅਟੈਚ ਕਰਾਂਗੇ, ਪਰ ਉਸ ਤੋਂ ਬਾਅਦ ਜਿਹੜਾ ਇੱਕ ਪੈਥ ਕੇਅਰ ਦੀ ਜਿਹੜੀ ਪ੍ਰਾਈਵੇਟ ਕੰਪਨੀ ਹੈ, ਜਿਵੇਂ ਬਾਕੀ 75 ਆਪਣੇ ਮੁਹੱਲਾ ਕਲੀਨਿਕ ਆ ਜੋ ਸੈਂਪਲ ਲੈ ਕੇ ਜਾਂਦੇ ਨੇ ਫਿਰ ਰਿਪੋਰਟ ਦਿੰਦੇ ਨੇ, ਉਸ ਤੋਂ ਬਾਅਦ ਇਹ ਉਹਨਾਂ ਦੇ ਨਾਲ ਅਟੈਚ ਹੋ ਜਾਏ।